ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਲੈ ਕੇ ਜਾ ਰਹੇ ਹਾਂ ਸੁਲਤਾਨਪੁਰ ਲੋਧੀ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਵਸ ਮਨਾਇਆ ਜਾਣਾ ਹੈ। ਇਸ ਪਾਵਨ ਧਰਤੀ 'ਤੇ ਅਸੀਂ ਤੁਹਾਨੂੰ ਅੱਜ ਲੈ ਕੇ ਚੱਲਾਂਗੇ, ਔਰ ਜੋ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਹਨ ਉਹ ਦਿਖਾਵਾਂਗੇ, ਪਲੱਸ ਟੈਂਟ ਸਿਟੀ ਦਿਖਾਵਾਂਗੇ ਔਰ ਦਰਸ਼ਨ ਕਰਾਵਾਂਗੇ ਤੁਹਾਨੂੰ। ਖਾਲਸੇ ਕਾ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਗੁਰੂ ਖਾਲਸੇ ਕਾ। ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀ ਮਾਨਵਤਾ ਨੂੰ, ਸਮੁੱਚੇ ਵਿਸ਼ਵ, ਯੂਰਪ, ਏਸ਼ੀਆ, ਪੰਜਾਬ, ਹਿੰਦੁਸਤਾਨ, ਭਾਰਤ ਨੂੰ ਲੱਖ ਲੱਖ ਵਧਾਈਆਂ। ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਪ੍ਰਕਾਸ਼ ਪੁਰਬਾਂ ਦੀਆਂ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਨੀ ਚਿਤ ਲਾਏ। ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ, ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸਚ ਸਾਖੀ। ਵਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰੂ ਨਾਮ ਦੁਰਾਇਆ, ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਇਹ ਟੈਂਟ ਸਿਟੀ ਬਣਾਈ ਗਈ ਹੈ ਸੁਲਤਾਨਪੁਰ ਲੋਧੀ ਦੇ ਵਿੱਚ, ਜਿਹੜੇ ਦਰਸ਼ਨ ਕਰਨ ਸੰਗਤਾਂ ਆਉਣਗੀਆਂ ਉਹਨਾਂ ਦੇ ਰੁਕਣ ਦਾ ਇੰਤਜ਼ਾਮ ਇੱਥੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ। ਤੁਸੀਂ ਇਸ ਨੂੰ ਪੂਰਾ ਦੇਖੋ। ਟੈਂਟ ਸਿਟੀ ਵਿੱਚ ਫਾਇਰ ਸਟੇਸ਼ਨ ਵੀ ਬਣਾਇਆ ਗਿਆ ਹੈ, ਹਰ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨੂੰ ਠੀਕ ਕਰਨ ਦੇ ਲਈ ਅਲੱਗ ਡਿਪਾਰਟਮੈਂਟ ਬਣਾਏ ਗਏ ਨੇ। ਇਹ ਹੈ VIP ਲੌਂਜ, ਜਿਹਦੇ ਵਿੱਚ ਖਾਸ ਜਿਹੜੇ ਮਹਿਮਾਨ ਨੇ ਉਹਨਾਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਗਿਆ ਹੈ ਪ੍ਰਸ਼ਾਸਨ ਵੱਲੋਂ, ਔਰ ਇਹਦੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਹਾਂ। ਇਹਦੇ ਅੰਦਰ ਇੱਕ ਬਹੁਤ ਵਧੀਆ ਡਬਲ ਬੈੱਡ ਦੀ ਸਹੂਲਤ ਹੈ, ਅਟੈਚਡ ਬਾਥਰੂਮ ਇਹਦੇ ਨਾਲ ਲੱਗਿਆ ਹੈ, ਔਰ ਡਾਇਨਿੰਗ ਟੇਬਲ ਛੋਟਾ ਜਿਹਾ, ਪਲੱਸ ਹੋਰ ਵੀ ਸਹੂਲਤਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਤਾਂ ਇਹ ਬਹੁਤ ਵਧੀਆ ਬਲੌਕ ਬਣਾਇਆ ਗਿਆ ਹੈ। ਜਿੱਦਾਂ ਹੀ ਆਪਾਂ ਸੁਲਤਾਨਪੁਰ ਲੋਧੀ ਮੇਨ ਸ਼ਹਿਰ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਪੂਰਾ ਸ਼ਹਿਰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੈ। ਦੀਵਾਰਾਂ ਦੇ ਉੱਤੇ ਬਹੁਤ ਸੋਹਣੀ ਸੋਹਣੀ ਪੇਂਟਿੰਗਸ ਬਣਾਈਆਂ ਗਈਆਂ ਨੇ, ਜਿਹਦੇ ਵਿੱਚ ਗੁਰੂ ਸਾਹਿਬ ਵੱਲੋਂ ਦਿੱਤੀ ਗਈਆਂ ਸਿੱਖਿਆਵਾਂ ਨੇ, ਇਤਿਹਾਸ ਨੂੰ ਇੱਥੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਸਾਰੇ ਮੈਸੇਜਸ ਨੇ ਪਿਆਰੇ ਪਿਆਰੇ, ਜੋ ਤੁਸੀਂ ਜਦੋਂ ਆਪ ਜਾਓਗੇ ਤਾਂ ਤੁਹਾਨੂੰ ਬਹੁਤ ਚੰਗੇ ਲੱਗਣਗੇ ਔਰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸੁਲਤਾਨਪੁਰ ਲੋਧੀ ਦਾ ਬੱਸ ਸਟੈਂਡ ਹੈ, ਇਸ ਨੂੰ ਵੀ ਪੂਰੀ ਤਰ੍ਹਾਂ ਰੈਨੋਵੇਟ ਕੀਤਾ ਜਾ ਰਿਹਾ ਹੈ ਔਰ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਜਾ ਰਿਹਾ ਹੈ। ਬੱਸ ਸਟੈਂਡ ਦੇ ਨੇੜੇ ਹੀ ਇੱਕ ਲੰਗਰ ਸਥਾਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਬੇਬੇ ਨਾਨਕੀ ਜੀ ਦਾ ਨਿਵਾਸ ਸਥਾਨ ਹੈ, ਇਹਨੂੰ ਵੀ ਬਹੁਤ ਸੋਹਣਾ ਸਜਾਇਆ ਗਿਆ ਹੈ ਔਰ ਇਹਦੇ ਬਾਹਰ ਵੀ ਬਹੁਤ ਸੋਹਣੀ ਪੇਂਟਿੰਗਸ ਬਣਾਈਆਂ ਗਈਆਂ ਨੇ ਦੀਵਾਰਾਂ 'ਤੇ, ਜੋ ਗੁਰੂ ਸਾਹਿਬ ਦੇ ਮੈਸੇਜਿਸ ਨੂੰ ਦਰਸਾਉਂਦੀਆਂ ਨੇ। ਅਤੇ ਆਓ ਸੰਗਤੋ, ਉਹਨਾਂ ਤਸਵੀਰਾਂ ਨੂੰ ਦੇਖਦੇ ਹਾਂ।
नाम जपो, किरत करो, वंड छको। आओ हुण तुहानूं गुरुद्वारा साहब दे अंदर लेके चलदे हां। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਨਗਰ ਕੀਰਤਨ ਆ, ਲੋਹੀਆਂ ਸ਼ਹਿਰ ਜਮਾਰਾ ਨਗਰ ਸਿੰਘ ਸਭਾ ਗੁਰਦੁਆਰਾ ਜਿੱਥੋਂ ਇਹ ਚੱਲਿਆ ਹੈ, ਇਹ ਮੇਨ ਐਂਟਰੈਂਸ ਹੈ ਜਿੱਥੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤਾਂ ਅੰਦਰ ਜਾਂਦੀਆਂ ਨੇ। ਅਤੇ ਆਓ ਆਪਾਂ ਵੀ ਅੰਦਰ ਚਲੀਏ ਔਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ। ਆਓ ਆਪਾਂ ਹੁਣ ਪਵਿੱਤਰ ਬੇਰੀ ਔਰ ਸਰੋਵਰ ਦੇ ਦਰਸ਼ਨ ਕਰਦੇ ਹਾਂ। ਇਤਿਹਾਸ ਦੇ ਮੁਤਾਬਿਕ ਇਹ ਬੇਰੀ ਗੁਰੂ ਸਾਹਿਬ ਦੇ ਵੇਲੇ ਦੀ ਹੈ। ਇਹ ਸਰੋਵਰ ਹੈ ਜੋ ਗੁਰਦੁਆਰਾ ਸਾਹਿਬ ਦੇ ਅੰਦਰ ਹੈ, ਬਹੁਤ ਹੀ ਸੋਹਣਾ ਔਰ ਪਿਆਰਾ ਬਣਿਆ ਹੋਇਆ ਹੈ। ਇਹ ਭੋਰਾ ਸਾਹਿਬ ਨੇ ਇਤਿਹਾਸ ਦੇ ਮੁਤਾਬਕ ਗੁਰੂ ਸਾਹਿਬ ਨੇ ਇੱਥੇ 14 ਸਾਲ 9 ਮਹੀਨੇ ਔਰ 13 ਦਿਨ ਭਗਤੀ ਕੀਤੀ ਹੈ, ਨਾਮ ਜਪਿਆ ਹੈ। ਹੁਣ ਆਪਾਂ ਦਰਸ਼ਨ ਇਸ਼ਨਾਨ ਪਵਿੱਤਰ ਵੇਈ ਨਦੀ ਵੱਲ ਚੱਲਦੇ ਹਾਂ। ਇਹ ਨਦੀ ਇਤਿਹਾਸ ਦੇ ਵਿੱਚ ਬਹੁਤ ਮਹੱਤਵ ਰੱਖਦੀ ਹੈ।
ਇਤਿਹਾਸ ਦੇ ਮੁਤਾਬਿਕ ਗੁਰੂ ਸਾਹਿਬ ਨੇ ਇੱਥੇ ਹੀ ਇਸ ਮੂਲ ਮੰਤਰ ਦਾ ਉਚਾਰਨ ਕੀਤਾ ਸੀ। ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਮ ਗੁਰਪ੍ਰਸਾਦ। ਸੁਲਤਾਨਪੁਰ ਵਿੱਚ ਇਤਿਹਾਸਕ ਗੁਰੂ ਸਥਾਨਾਂ ਬਾਰੇ ਤੁਸੀਂ ਇੱਥੇ ਪੜ੍ਹ ਸਕਦੇ ਹੋ। 7 ਸਥਾਨ ਨੇ ਸੁਲਤਾਨਪੁਰ ਦੇ ਵਿੱਚ ਜਿਹੜੇ ਇਤਿਹਾਸ ਨਾਲ ਜੁੜੇ ਹੋਏ ਨੇ, ਗੁਰੂ ਸਾਹਿਬ ਨਾਲ ਜੁੜੇ ਹੋਏ ਨੇ। ਗੁਰੂ ਮਹਾਰਾਜ ਦੇ ਲੰਗਰ ਦਾ ਵੀ ਇੱਥੇ ਖਾਸ ਪ੍ਰਬੰਧ ਹੈ। ਬਹੁਤ ਹੀ ਸੋਹਣਾ ਲੰਗਰ ਘਰ ਵੀ ਬਣਾਇਆ ਗਿਆ ਹੈ। ਪੂਰੇ ਸੁਲਤਾਨਪੁਰ ਸ਼ਹਿਰ ਨੂੰ ਬਹੁਤ ਸੋਹਣੀ ਤਰ੍ਹਾਂ ਸਜਾਇਆ ਗਿਆ ਹੈ। ਦੁਕਾਨਾਂ ਦੇ ਜਿਹੜੇ ਹੋਰਡਿੰਗਸ ਨੇ ਉਹ ਇੱਕੋ ਜਿਹੇ ਲਗਾਏ ਗਏ ਨੇ। ਸੰਗਤਾਂ ਦੇ ਆਉਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਔਰ ਪਾਰਕਿੰਗ ਦੀ ਵੀ ਬਹੁਤ ਵਧੀਆ ਫੈਸਿਲਿਟੀਜ਼ ਬਣਾਈਆਂ ਗਈਆਂ ਨੇ। ਕਾਫੀ ਸਾਰੀ ਪ੍ਰਸ਼ਾਸਨ ਨੇ ਔਰ ਪੰਜਾਬ ਸਰਕਾਰ ਨੇ ਮਿਹਨਤ ਕੀਤੀ ਹੈ। ਜਦੋਂ ਤੁਸੀਂ ਇੱਥੇ ਆਓਗੇ ਤਾਂ ਤੁਹਾਨੂੰ ਉਹ ਪਤਾ ਲੱਗੇਗਾ ਕਿ ਬਹੁਤ ਹੀ ਸੁਚੱਜੇ ਤਰੀਕੇ ਨਾਲ ਇਹ ਸਾਰਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹਨੂੰ ਮਨਾਇਆ ਜਾਏਗਾ ਔਰ ਮਨਾਇਆ ਜਾ ਰਿਹਾ ਹੈ। ਆਈ ਹੋਪ ਤੁਹਾਨੂੰ ਸਾਡੀ ਇਹ ਕਵਰੇਜ ਚੰਗੀ ਲੱਗੀ ਹੋਏਗੀ। ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਫ ਅਨਲਿਮਿਟਿਡ ਵਲੌਗ ਬਾਈ ਕਪੂਰਸ ਨੂੰ। हमारे चैनल को सब्सक्राइब करना ना भूलिएगा। लाइफ अनलिमिटेड व्लॉग बाय कपूर्स। थैंक्स फॉर वॉचिंग।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।